ਹਾਂਜੀ ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ ਲਓ ਜੀ ਗੁੱਡ ਮਾਰਨਿੰਗ ਅਤੇ ਸਤਿ ਸ਼੍ਰੀ ਅਕਾਲ ਜੀ ਆ ਗਿਆ ਟੀ ਸ਼ਰਟਾਂ ਵਿੱਚ ਯਾਰ ਜੀ ਕੱਲ੍ਹ ਉਹਦਾ ਕਮੈਂਟ ਵੀ ਆਇਆ ਸੀਗਾ ਕਹਿੰਦੇ ਟੀ ਸ਼ਰਟਾਂ ਪਾ ਕੇ ਨਾ ਘੁੰਮਾਂ ਬਿਮਾਰ ਹੋ ਜੂਗੇ ਜੀ ਸੋ ਚੱਕਰ ਇੱਦਾਂ ਪੈ ਗਿਆ ਜੀ ਪਹਿਲੇ ਦਿਨ ਅਗਰ ਟੀ ਸ਼ਰਟ ਪਾਈ ਉਦੋਂ ਮਾੜੀ ਜੀ ਖੰਘ ਖੁੰਘ ਜੀ ਹੋ ਗਈ ਸੀਗੀ ਅਤੇ ਹੁਣ ਤਾਂ ਚਲੋ ਠੀਕ ਆ ਹੁਣ ਇੱਥੇ ਚਾਹ ਚੂਹ ਪੀ ਲਈ ਦੀ ਆ ਫਿਰ ਉਹਨਾਂ ਬੰਦਾ ਠੀਕ ਰਹਿੰਦਾ ਆ ਅਤੇ ਉਧਰ ਬੱਬੂ ਹੋਣੀ ਤਾਂ ਤਿਆਰ ਹੋਏ ਖੜ੍ਹੇ ਆ ਬੱਬੂ ਰਿੰਪੀ ਦੋਨੀਆਂ ਨੇ ਗੱਡੀ ਦੇ ਕੋਲ ਅਤੇ ਅਸੀਂ ਅਜੇ ਇੱਥੇ ਕਿਰਨ ਕਿੱਦਾਂ ਬਟੀਕ ਵਾਲੇ ਮੁੱਕੇ ਨਹੀਂ ਅਜੇ ਇਹ ਅਜੇ ਨਾਲ ਬਟੀਕ ਦੇ ਮਤਲਬ ਸਾਰਾ ਕੰਮ ਕਰਦੀ ਨਾ ਉਹਦੇ ਕਰਕੇ ਜੇ ਬਟੀਕ ਵਾਲੇ ਕੰਮ 'ਚ ਲੱਗੀ ਆ ਇੱਧਰ ਯਾਰ ਹੋਣੀ ਬਸ ਹੁਣ ਵਿਹਲੇ ਫਰੈਸ਼ ਫਰੁਸ਼ ਹੋ ਗਏ ਅਤੇ ਅੱਜ ਚੱਲੇ ਹੈਗੇ ਹਾਂ ਫਿਰ ਤੁਹਾਨੂੰ ਬਰਫ਼ ਦਿਖਾਉਣ ਅੱਜ ਚੱਲੇ ਆਪਾਂ ਸੋਲ ਮਾਰ ਸੋਚਿਆ ਪਹਿਲਾਂ ਉੱਧਰ ਜਾਈਏ ਕੋਈ ਕੀ ਪਤਾ ਉੱਧਰ ਹਜੇ ਤਾਜ਼ੀ ਬਰਫ਼ ਪਈ ਹੋਵੇ ਨਾਲੇ ਘੁੰਮ ਲਵਾਂਗੇ ਨਾਲੇ ਥੋੜ੍ਹਾ ਇੰਜੋਇਮੈਂਟ ਹੋ ਜੂਗੀ ਉੱਧਰ ਉੱਥੇ ਸਨੋਅ ਪੈਂਦੀ ਸੀਗੀ ਉੱਥੇ ਖੇਡ ਤਾਂ ਹੋਇਆ ਨਹੀਂ ਬਸ ਲਾਈਵ ਸਨੋਅ ਹੀ ਦੇਖ ਹੋਈ ਆ ਸੋ ਹੁਣ ਇੱਦਾਂ ਆ ਇੱਥੇ ਖੇਡ ਵੀ ਹੋ ਜੂਗਾ ਉੱਧਰ ਚੱਲਦੇ ਹਾਂ ਹਜੇ ਆਪਾਂ ਦੂਰ ਪਤਲੀ ਕਈ ਥਾਵਾਂ 'ਤੇ ਜਾਣਾ ਆ ਸੋ ਬਾਕੀ ਜਗ੍ਹਾ 'ਤੇ ਵੀ ਆਪਾਂ ਜਾਣਾ ਸੋ ਟੈਨਸ਼ਨ ਨਹੀਂ ਸਾਰਾ ਘੁੰਮ ਫਿਰ ਕੇ ਜਾਵਾਂਗੇ ਪਹਿਲਾਂ ਆਪਾਂ ਸੋਲ ਮਾਰ ਕੇ ਦੇਖ ਆਈਏ ਕਿੱਦਾਂ ਬਈ ਹੈਲੋ ਕਿੱਧਰ ਗਵਾਚੀਆਂ ਮੈਂ ਆਰਡਰ ਦੱਸਦੀ ਹਾਂ ਹਾਂ ਦੱਸ ਕਮਾਲ ਦੀ ਗੱਲ ਹੋ ਗਈ ਇੱਥੇ ਪੀਜ਼ਾ ਹੱਟ ਆਇਆ ਤੂੰ ਆਰਡਰ ਨੰਬਰ ਦੱਸਦੀ ਜਿਹੜੀ ਭੇੜ ਜਿਹੀ ਕਿੱਦਾਂ ਚੱਲੀਏ ਵੇ ਚਲੋ ਧੁੱਪ ਸੇਕਣ ਦਾ ਕਿੰਨਾ ਮਜ਼ਾ ਆਉਂਦਾ ਦੇਖ ਬਹਿ ਕੇ ਆਏ ਹਾਏ ਹਾਏ ਸਵਾਦ ਆ ਰਿਹਾ ਜ਼ਿੰਦਗੀ ਦਾ ਤੂੰ ਅੱਧਾ ਘੰਟਾ ਗੱਡੀ 'ਚ ਬੈਠੋ ਜੀ ਆ ਗਏ ਉਹ ਕੀ ਗੱਡੀ ਇੱਧਰ ਲਾ ਲੈਂਦੇ ਬੈਕ ਕਰ ਲੈਂਦੇ ਇੱਧਰ ਨਹੀਂ ਨਹੀਂ ਉਹ ਤਾਂ ਗੱਡੀ ਕੱਢ ਕੇ ਲੈ ਕੇ ਆਇਆ ਹਾਂ ਲੈਣ ਆਏਗਾ ਉਹਨੇ ਇੱਧਰ ਨਹੀਂ ਆਉਣਾ ਨਹੀਂ ਇੱਥੇ ਤੋਂ ਕੋਈ ਕੁਰਸੀ ਦੇ ਕੋਲ ਗੱਡੀ ਖੜੀ ਹੋ ਗਿਆ ਕਿ ਤਾਂ ਜੱਟ ਨੇ ਬੈਠਣਾ ਉਹ ਤਾਂ ਜੱਟ ਨੇ ਬੈਠਣਾ ਇੱਥੇ ਲੈ ਕੇ ਆਓ ਇੱਥੇ ਲਿਆਓ ਵਾਹ ਵਾਹ ਗੱਡੀ ਪਾਰਕ ਵਿੱਚ ਲੈ ਕੇ ਆਓ ਹੈਲੋ ਕੋਸ ਸਾਹਿਬ ਗੱਡੀ ਪਾਰਕ ਚ ਵਾੜ ਲੈ ਇਥੋਂ ਗਾੜੀ ਮੁਗਲ ਦਰਬਾਰ ਤੱਕ ਲੈ ਕੇ ਆਓ ਗਾੜੀ ਮੁਗਲ ਦਰਬਾਰ ਮੇ ਲੈ ਕੇ ਆਏ ਅੱਜ ਫੇਰ ਗਾੜੀ ਮੁਗਲ ਦਰਬਾਰ ਚ ਖਾਣਾ ਖਾਣਾ ਮੈਂ ਤਾਂ ਆਪ ਨਹੀਂ ਗਾਣਾ ਕਿਰਨ ਨਹੀਂ ਖਾਂਦੀ ਮੇਰੇ ਹਿਸਾਬ ਨਾਲ ਚਲੀਏ ਵੇ ਰੈਡੀ ਆ ਧੁੱਪ ਦੇ ਕਿਸੇ ਲੱਗਦੀ ਇੱਥੇ ਬਹਿ ਕੇ ਦੇਖ ਘੰਟਾ ਉਹਨੂੰ ਗੱਡੀ 'ਚ ਬੈਠੇ ਚਾਬਾ ਬਹਿੰਦੇ ਹਾਂ ਚਲੋ ਚਲੀਏ ਯਾਰ ਟਾਈਮ ਬਹੁਤ ਹੋ ਗਿਆ ਇਹ ਰਾਤ ਦਾ ਮੁਗਲ ਦਰਬਾਰ ਦਾ ਖਾਣਾ ਖਾਧਾ ਬੋਲਦਾ ਸਹੀ ਗੱਲ ਆ ਚਲੋ ਚਲੀਏ ਹੁਣ ਨਿਕਲੀਏ ਆਪਾਂ ਆਪਣੀ ਦਿਸ਼ਾ ਵੱਲ ਅੱਜ ਆਪਾਂ ਸਪੈਸ਼ਲ ਕਿਤੇ ਹੋਰ ਨਹੀਂ ਖਾਣ ਜਾਣਾ ਆਪਾਂ ਰਸਤੇ 'ਚ ਖਾ ਲੈਣਾ ਆਪਾਂ ਸੋਲ ਮੰਗ ਜਾਂਦੇ ਜਾਂਦੇ ਕੁਛ ਜੋ ਵੀ ਖਾਣਾ ਹੋਇਆ ਪਰਾਂਠਾ ਪਰੂੰਠਾ ਖਾਣਾ ਹੋਇਆ ਅਸੀਂ ਨਹੀਂ ਜਾਣਾ ਜੋ ਮਰਜ਼ੀ ਹੋ ਜਾਵੇ ਹੁਣ ਤਾਂ ਉੱਥੇ ਕਹਿੰਦੀ ਕਹਿੰਦੇ ਪਰੌਂਠਾ ਖਾਣ ਉੱਥੇ ਚੱਲਦੇ ਹਾਂ ਵਧੀਆ ਆਊਗਾ ਉੱਥੇ ਹੀ ਦੱਸ ਗਏ ਸੀ ਆਪਾਂ ਮੁਗਲ ਦਰਬਾਰ ਹਾਂ ਚਲੋ ਹਾਂ ਦੇਖਿਆ ਤੁਸੀਂ ਕਿਹਾ ਨਾ ਕਹਿੰਦੇ ਮੈਨੂੰ ਨਹੀਂ ਪਤਾ ਤੁਸੀਂ ਆਪੇ ਦੇਖ ਲਓ ਚਲੋ ਹੁਣ ਚਲੀਏ ਆਪਾਂ ਅਤੇ ਦੇਖਦੇ ਜਾਂਦੇ ਜਾਂਦੇ ਚਾਹ ਚੂਹ ਪੀਂਦੇ ਹਾਂ ਵੈਸੇ ਚਾਹ ਇੱਥੇ ਪੀ ਲਈਏ ਇੱਕ ਵਾਰੀ ਦੇਖਦੇ ਹਾਂ ਯਾਰ ਨਹੀਂ ਅੰਦਰ ਪਵਨ ਨੇ ਮਾਰਕੀਟ ਆ ਬਹੁਤ ਸੋਹਣੀ ਪਲੀਜ਼ ਦੇਖ ਲੈਣ ਦੋ ਯਾਰ ਕੀ ਆ ਘੁੰਮਣ ਵਾਲੀ ਅੰਦਰ ਪਵਨ ਨੇ ਪਲੀਜ਼ ਯਾਰ ਮੈਨੂੰ ਇਹ ਮੁਗਲ ਦਰਬਾਰ ਆ ਗਏ ਪਤਾ ਨਹੀਂ ਪਰ ਨਾਂ ਲਿਖਿਆ ਰੈਸਟੋਰੈਂਟ 'ਤੇ ਆਪਾਂ ਤਾਂ ਪਰੌਂਠੇ ਪਰੂੰਠੇ ਖਾਣੇ ਆ ਰਾਤ ਜਿਹੜੀ ਡਿਸ਼ ਖਾਧੀ ਨਾ ਉਹ ਆਪਾਂ ਉਹਨਾਂ ਨੂੰ ਦੱਸਿਆ ਜਿਹਦਾ ਬਲੌਗ ਤੁਸੀਂ ਸੁਣਿਆ ਹੋਣਾ ਉਹ ਥੋੜ੍ਹਾ ਨਹੀਂ ਪਸੰਦ ਆਈ ਉਹ ਵੀ ਇਹਨਾਂ ਦੀ ਡਿਸ਼ ਉਹ ਆਪਣੀ ਨਹੀਂ ਹੈਗੀ ਉਹ ਆਪਾਂ ਇੱਡੀ ਛੱਡ ਕੇ ਆਏ ਸੀਗੇ ਸਾਰਾ ਅਤੇ ਹੁਣ ਆਪਾਂ ਆਏ ਹੈਗੇ ਹਾਂ ਇੱਥੇ ਇੱਥੇ ਦੇਖਦੇ ਪਰੌਂਠੇ ਪਰੂੰਠੇ ਮਿਲ ਜੂ ਜਿਹੜਾ ਆ ਜਾਓ ਹੈ ਨਾ ਅਤੇ ਆਹ ਦੇਖੋ ਇੱਧਰ ਬਰਫ਼ ਪਈ ਆ ਪੂਰੀ ਉੱਪਰ ਸੋਲ ਮਾਰਕ ਅਤੇ ਅਸੀਂ ਹੁਣ ਇੱਥੇ ਰੁਕੇ ਹੋਏ ਹਾਂ ਅਤੇ ਇੱਥੇ ਫੂਡ ਦਾ ਔਡਰ ਦਿੱਤਾ ਪਰੌਂਠੇ ਪਰੂੰਠੇ ਖਾ ਕੇ ਹਲਕੇ ਫੁਲਕੇ ਜੇ ਹਲਕੇ ਫੁਲਕੇ ਤਾਂ ਉਦੋਂ ਨਹੀਂ ਹੁੰਦੇ ਪਰੌਂਠੇ ਖਾ ਕੇ ਅਤੇ ਫਿਰ ਚੱਲਦੇ ਆ ਫਿਰ ਮਾੜਾ ਕੁਛ ਨਹੀਂ ਕਰਦਾ ਚਾਹ ਵੀ ਨਹੀਂ ਪੀਤੀ ਅੱਜ ਇੱਕ ਵਾਰੀ ਇੱਥੇ ਮੰਗਾਈ ਦਿਓ ਚਾਹ ਠੰਡੀ ਹੋ ਗਈ ਸਵਾਦ ਹੀ ਨਹੀਂ ਆਇਆ ਉਹਦੇ ਨਾਲ ਫਿਰ ਖਾ ਕੇ ਫਿਰ ਕਰਦੇ ਆ ਇੰਜੋਏ ਅਤੇ ਗੱਲਾਂ ਬਾਤਾਂ ਅੱਜ ਬਰਫ਼ 'ਚ ਲੜਨਾ ਚੰਗੀ ਤਰ੍ਹਾਂ ਅਸੀਂ ਲੈਣਾ ਬਹੁਤ ਆ ਜੋ ਹੈਗਾ ਲੈਣਾ ਕੋਈ ਚੱਕਰ ਨਹੀਂ ਮਾੜਾ ਜਿਹਾ ਵਧੀਆ ਇੰਨਾ ਹੋ ਜਾਂਦਾ ਠੀਕ ਹੈ
ਚਲੋ ਸਹੀ ਆ, ਬਾਕੀ ਕਰਦੇ ਆ ਕੰਟੀਨਿਊ ਨਾਲ ਨਾਲ। ਅਨੂ ਅੰਦਰ ਬਿਠਾਇਆ। ਓ ਹੈਲੋ, ਓ ਹੈਲੋ, ਆ ਕੀ ਆ ਯਾਰ, ਅਸੀਂ ਤਾਂ ਵਿਊ ਦੇਖਦੇ ਆ। ਮੋਰੇ ਤਾਂ ਟੀਨਾ ਆ, ਵਿਊ ਕਿਹੜਾ ਦੇਦਾ ਹੈ? ਬਾਹਰ ਹੀ ਬਹਿ ਜਾਂਦੇ ਆ ਫੇ ਧੁੱਪੇ। ਬਾਹਰ ਖਾ ਲੈਣੇ ਧੁੱਪੇ ਬਹਿ ਕੇ। ਚਲੋ ਫੇ ਆਜੋ। ਕੀ ਗੱਲਾਂ ਕਰਦਾ ਸੀ, ਹਾਂ ਬੋਲਦਾ ਨੀ? ਯੇ ਮੇਰੀ ਹੈ, ਤੁਸੀਂ ਆਪ ਹੀ ਖਾਓ ਯਾਰ। ਪਰਾਂਠਾ ਤਾਂ ਇੱਕੋ ਹੀ ਆ, ਪੀਸ ਏ ਜ਼ਿਆਦਾ ਕਰ ਲੈ, ਅਗਲੇ ਵਾਲੇ ਤੇ ਚਾਰ ਕਰ ਦਿਓ। ਕਹਿੰਦਾ ਚਾਰ ਕਰ ਦਿਓ, ਅੱਠ ਵਜੇ ਖਾਣੀ ਹੋਣੀ। ਆ ਵੀ ਅੱਠ ਹੀ ਆ, ਕਹਿੰਦਾ ਫੋਲਡ ਕਰਕੇ ਦੇ ਦਿਓ ਅੱਠ। ਇਹ ਲਾਰਜ ਪੀਜ਼ਾ ਆ ਜੀ, ਮੁਗਲ ਦਰਬਾਰ ਤੋਂ ਪਰੌਂਠੇ ਖਾ ਕੇ ਅਤੇ ਥੋੜ੍ਹੀ ਜਿਹੀ ਕਿਟਕਿਟ ਲੈ ਕੇ ਅਤੇ ਇੱਕ ਦੋ ਜੂਸ ਲੈ ਕੇ ਅਤੇ ਹੁਣ ਆਪਾਂ ਤੁਰਨ ਲੱਗੇ ਹਾਂ। ਅਤੇ ਚੱਲੀਏ, ਰਸਤਾ ਅਜੇ ਹੈਗਾ ਘੱਟੋ ਘੱਟ 60 ਕਿਲੋਮੀਟਰ, ਅਤੇ ਫਿਰ ਦੇਖਦੇ ਜਾ ਕੇ ਪੁੱਜ ਕੇ ਕਿੰਨੀ ਕੁ ਬਰਫ਼ ਮਿਲਦੀ ਹੈ। ਵੈਸੇ ਕਹਿੰਦੇ 6 ਫੁੱਟ ਤੋਂ ਵੀ ਜ਼ਿਆਦਾ ਬਰਫ਼ ਹੋਊਗੀ ਇੱਥੇ। ਚਲੋ ਬਾਕੀ ਅਜੇ ਕੁਛ ਨਹੀਂ ਪਤਾ, ਜੇ 6-6 ਫੁੱਟ ਬਰਫ਼ ਪਈ ਹੋਊਗੀ ਤਾਂ ਮੈਂ ਦੇਖਿਆ। ਕੀ ਖੋਲਿਆ? ਮੇਰੇ ਜੋ ਪਰੌਂਠਾ ਵੀ ਖਾ ਗਈ, ਅੱਧਾ ਮੈਗੀ ਵੀ ਖਾ ਗਈ, ਗੇਮ ਪਾ ਗਿਆ ਬੈਠਾ ਬੈਠਾ, ਤੈਨੂੰ ਨੀ ਪਤਾ ਲੱਗਣਾ। ਦੇਖ ਲਾ ਜਾਣ ਕੇ, ਜਦੋਂ ਰਿੰਪੀ ਗੱਲਾਂ ਚ ਲੱਗ ਜਾਂਦੀ ਨਾ, ਜਾਣ ਕੇ ਗੇਮ ਪਾਉਂਦਾ ਆਲੇ ਦੁਆਲੇ ਸਾਈਡ ਜੀ ਦੇਖੋਗੇ। ਬਹੁਤ ਸ਼ਤਾਨ ਚ ਆਏ। ਚਲੋ ਚਲੀਏ, ਦੇਖਿਆ ਏਦਾਂ ਪੁੱਛਣ ਨਾ ਹੀ ਦਾਦੇ ਹੁੰਦੇ ਪਪਨੇ ਹੋਣੀ। ਤੈਨੂੰ ਕੋਈ ਤੂੰ ਬੁਲਾਵੇ, ਤੂੰ ਬੁਲਾਵੇ ਕਿ ਨਾ ਬੁਲਾਵੇ। ਆਪਾਂ ਫੇਰ ਹੁਣ ਮੰਨ ਲਾ ਲਾਗੇ ਪਹੁੰਚ ਗਏ ਹਾਂ, ਮਤਲਬ ਅਸੀਂ 10 ਕਿਲੋਮੀਟਰ ਦੂਰ ਹਾਂ, ਤੇ ਅਸੀਂ ਫਿਰ ਇੱਥੇ ਰੁਕੇ, ਤੇ ਇੱਥੇ ਅਸੀਂ ਤਾਂ ਰੁਕੇ ਹਾਂ ਮਾੜਾ ਜਿਹਾ ਰੋਕ ਰੁਕ ਕੇ ਫੋਟੋ ਫੋਟੋ ਖਿੱਚ ਲਈਏ ਅਤੇ ਨਾਲੇ ਆ ਬਰਫ਼ ਦਾ ਸਵਾਦ ਲੈ ਲਈਏ। ਅਤੇ ਬਰਫ਼ ਇੰਨੀ ਕੁ ਜ਼ਿਆਦਾ ਆ, ਮੈਨੂੰ ਲੱਗਦਾ ਬਹੁਤ ਹੋਊਗੀ ਉੱਪਰ ਜਾ ਕੇ ਜਾਊਗੇ। ਆਪਾਂ 10 ਕਿਲੋਮੀਟਰ ਜੇ ਥੱਲੇ ਹਾਂ ਹਜੇ, ਤਾਂ ਉੱਪਰ ਜਾ ਕੇ ਤੁਹਾਨੂੰ ਹਿਸਾਬ ਨਾਲ ਪਤਾ ਹੀ ਆ। ਤੁਹਾਨੂੰ ਦਿਖਾਵਾਂ ਕਿੱਥੇ ਜਾਣਾ ਆਪਾਂ, ਉਹ ਦੇਖੋ ਸਾਹਮਣੇ ਬਰਫ਼, ਸਾਹਮਣੇ ਸਾਹਮਣੇ ਉਹ ਦੇਖੋ ਸਾਫ਼, ਉਹ ਦੇ ਉਹ ਬਰਫ਼ 'ਤੇ ਜਾਣਾ। ਨਹੀਂ ਨਹੀਂ ਉਹ ਜ਼ਿਆਦਾ ਸਾਫ਼ ਹੋਊਗੀ,
ਇੱਥੇ ਮਿੱਟੀ ਮੁੱਟੀ ਪਈ ਆ, ਉਹ ਬਹੁਤ ਹਾਈਟ 'ਤੇ ਆ, ਇੱਦਾਂ ਆ। ਚਲੋ ਦੇਖਦੇ ਹਾਂ ਕਿਆ ਹੋ। ਮੁੰਡੇ ਆਏ ਨਹੀਂ, ਬ੍ਰੇਕ ਆ ਕੇ ਇੰਨੀ ਜ਼ੋਰ ਨਾਲ ਗੱਡੀ ਦੀ ਮਾਰੀ, ਗੱਲੇ ਛੱਡ ਦੋ, ਰੋੜੇ ਪੜ ਦੇਣਾ ਹੁੰਦਾ ਜਿੱਦਾਂ। ਸਹੀ ਗੱਲ ਆ। ਛੇਤੀ ਸ਼ੀਸ਼ੀ ਛੇਤੀ ਸ਼ੀਸ਼ੀ ਕਿਆ ਹੋਤਾ ਹੈ। ਅਤੇ ਆ ਜਾਓ ਆ ਜਾਓ ਆ ਜਾਓ, ਬੂਟ ਤਾਂ ਮਾਮਾ ਵਿੱਚ ਚੱਲ ਗਿਆ ਸਾਡੇ। ਚੱਲ ਤੁਸੀਂ ਚੱਲ ਹੁਣ ਕੋਈ ਨਹੀਂ, ਅਤੇ ਇਹ ਕਹਿੰਦੇ ਫੋਟੋ ਖਿਚਾ ਲਓ ਸਾਡੇ ਕੋਲ ਯਾਰ, ਇੱਕ ਇੱਕ ਖਿਚਾ ਲਓ ਜਿੱਦਾਂ ਮਰਜ਼ੀ। ਮੈਂ ਕਿਹਾ ਚੱਲ ਕੋਈ ਚੱਕਰ ਨਹੀਂ, ਖਿਚਾ ਲੈਂਦੇ ਹਾਂ, ਕੀ ਕਰ ਸਕਦੇ ਹੋ, ਅਤੇ ਫੋਟੋ ਖਿਚਾ ਕੇ ਹੀ ਚੱਲਦੇ ਹਾਂ। ਚੱਲ ਅਤੇ ਹੁਣ ਸਾਡੇ ਬਰਫ਼ ਮਾਰੀ ਚੱਕ ਕੇ ਜਿੱਦਾਂ ਸਨੋਫਾਲ ਆਪਣੇ ਅੰਗੋਂ ਕਰਦੇ ਸੀ, ਫੋਟੋ ਖਿੱਚਦੇ ਖਿੱਚਦੇ ਵੀਡੀਓ ਬਣਾਉਂਦੇ ਸੀਗੇ, ਅਤੇ ਕਹਿ ਰਹਿਣਾ ਆਪਾਂ ਹੀ ਕੀਤਾ ਵੀ ਮੈਂ ਕੀਤਾ, ਉਹਨੇ ਮੇਰੇ ਵੱਲ ਬਰਫ਼ ਮਾਰੀ, ਮੈਂ ਨਾਲ ਸਾਡੇ ਉੱਤੇ ਗੁੱਸਾ ਤਾਂ ਨਹੀਂ ਕਿਹਾ, ਬਰਫ਼ ਫੇਂਕਦੀ ਆਪਣੇ ਉੱਪਰ, ਕੋਈ ਬਾਤ ਨਹੀਂ, ਇੰਜੋਏ ਕਰਿਆ ਕਰੋ ਯਾਰ, ਗੁੱਸਾ ਮਤ ਕਿਆ ਕਰੋ। ਚਲੋ ਫੋਟੋ ਵੇਚ ਕੇ ਜਾਓ। ਆਈਫੋਨ ਤਾਂ ਹੈ ਬਰੋ ਮੇਰੇ ਪਾਸ, ਇਸਮੇ ਡਾਲ ਦਿਓ ਵੀਡੀਓ। ਦੇਖੋ ਸਰ, ਪਹਿਲੇ ਵੀਡੀਓ ਵੀ ਦਿਖਾ ਦਿਓ। ਦੇਖੋ ਵਧੀਆ, ਇਹ ਹੋਤਾ 8K। ਬਾਏ ਬਾਏ, ਬਹੁਤ ਅੱਛੀ ਲੱਗੀ ਫੋਟੋ, ਵੀਡੀਓ ਵੀ ਨਾਈਸ ਹੈ, ਮਿਲਾਂਗੇ ਫਿਰ ਦੁਬਾਰਾ। ਬਾਏ, ਚੰਗਾ, ਮਿਲਤੇ ਹੈ ਕੋਰਟ ਮੇ, ਹੌਲੀ ਆਇਆ ਛੋੜੂ, ਚੱਲ ਵੀ ਕਰਨ ਠੰਡ ਲੱਗਦੀ ਹੈ, ਠੰਡ ਲੱਗਦੀ ਇੰਦਲਾ ਮੁਗਲ ਦਰਬਾਰ ਦੀ। ਚਲੋ ਹੁਣ ਚੱਲੀਏ ਅਤੇ ਜਾ ਕੇ ਦੇਖੀਏ ਬਰਫ਼। ਮੇਰੇ ਵੀਰੇ ਉਹ ਬੱਬੂ ਤੈਂ ਜੈਕਟ ਪਾ ਲਈ ਮਾਮਾ, ਇਕੱਲੇ ਮੈਂ ਤੇਰੇ ਕਰਕੇ ਇੱਥੇ ਸਟੈਂਡ ਲਈ ਫਿਰਦਾ ਸਵੇਰ ਦਾ, ਹਵਾ ਹੀ ਤਾਂ ਲੱਗਣੀ ਚਾਹੀਦੀ ਆ, ਗੱਡੀ ਹੁਣ ਤਾਂ ਬਰਫ਼ ਚੜ੍ਹਾਈ ਵਾ, ਸਟੈਂਡ ਲੈ ਜਾਂਦਾ ਮੇਰੇ ਮਗਰ ਲਾ ਕੇ ਨਾਲ ਹੀ, ਤਦ ਹੀ ਆ ਸਟੈਂਡ ਸਟੈਂਡ 'ਚ ਮੁੜ ਕੇ ਫਸ ਜਾਂਦਾ ਇਕੱਲਾ, ਮੈਂ ਨਿਕਲ ਜਾਂਦਾ ਸਟੈਂਡ ਸਟੈਂਡ 'ਚ ਮੁੜ ਕੇ ਕਹਿੰਦਾ ਅੱਛਾ ਇੱਦਾਂ ਹੋ ਗਈ। ਉਹ ਦੇਖੋ ਮੂਹਰੇ ਵਿਊ ਦੇਖ ਬਰਫ਼ ਦਾ, ਉਹਦਾ ਹੋਇਆ ਉਹ ਤਾਂ ਜੱਟ ਲਾਈਫ ਹੱਤ ਲਾਈਫ, ਹਾਂ ਲੈ ਬਰਫ਼ 'ਤੇ ਚੜ੍ਹਾਈ ਹੋ ਸੀਗੀ, ਬੜੇ ਪੰਗੇ ਲੈਂਦਾ ਬਰਫ਼ 'ਤੇ ਗੱਡੀ ਚੜ੍ਹਾ ਕੇ ਰੱਖਦਾ ਆ। ਚਲੋ ਅੱਜ ਸੁਪਨਾ ਦੇਖੋ ਸਾਡਾ ਲੱਗਦਾ ਅਸਲੀ। ਮੋਰਨ ਦਿੰਦਾ ਪਿੱਛੇ ਨੂੰ ਮੁੜਦੀ ਆ ਗੱਡੀ, ਘੁੰਮ ਗਈ ਦੇਖਦੀ ਤੈਨੂੰ। ਇੱਧਰ ਬੱਬੂ ਜੇ ਕਿਤੇ ਨਹੀਂ ਵੇਗੇ ਉੱਥੇ ਵੀ ਚੜ੍ਹਾਈ ਜਾਂਦਾ ਬਰਫ਼, ਇੱਥੇ ਤਾਂ ਆਏ ਗਈ। ਚੱਲ ਹੁਣ ਇਹ ਲੰਘ ਲੈਣ ਦੇ ਪਹਿਲਾਂ, ਕਾਲੀ ਬਰਫ਼ ਆ ਇਹ, ਹੌਲੀ ਹੌਲੀ ਗੱਡੀ ਕੋਈ ਨੀ, ਪਹਿਲਾਂ ਗੇਅਰ ਰੱਖੀ ਪਹਿਲਾਂ, ਇੱਧਰ ਮੈਂ ਕਿਹਾ ਛਿੱਟੇ ਬਹੁਤ ਪੈਣੇ ਅੰਦਰ ਨੂੰ, ਕੋਈ ਚੱਕਰ ਨਹੀਂ ਦੇਖੀ ਨਿਕਲ ਗਈ ਤੇ ਤੇਰੇ ਦਿਲ ਤਦੇ ਬਟੀਕ ਵਾਲੇ ਕਹਿੰਦੇ ਬੱਕਰੀ ਲਿਖਿਆ ਨੀ, ਨਿਕਲ ਗਈ ਏਦਾਂ ਹੀ ਆਹ, ਇੱਥੇ ਵੀ ਟੋਆ ਬਰਫ਼ ਦਾ।
ਕਾਲੀ ਬਰਫ ਆ ਯਾਰ, ਬਰਫ ਵੀ ਹੈ ਇੱਕ। ਔਰ ਇਹ ਉਹ ਕੈਮਰੇ ਨਾਲ ਵੀਡੀਓ ਬਣਾਉਂਦਾ ਪਿਆ ਆਪਣੀ ਗੱਡੀ ਦੀ, ਉਹ ਬਣਾ ਕੇ ਲੈ ਗਿਆ ਮੁੰਡਾ ਸਾਹਮਣੇ ਖੜਾ ਸੀ। ਡਿਲੀਟ ਕਰ, ਉਹ ਡਿਲੀਟ ਕਰਾਓ ਤਾਂ ਰੁਕ ਗੱਡੀ ਯਾਰ। ਤੂੰ ਮਾਮਾ ਐਂ ਤਾਂ ਦੱਸ, ਗੱਡੀ ਨੰਬਰ ਨੋਟ ਹੁੰਦਾ ਪਿਆ ਉਹਦੇ, ਦੇਖਿਆ ਕਹਿੰਦਾ ਨਿਕਲ ਗਈ ਆ ਉਹਦੇ ਏਦਾਂ। ਚਲੋ ਚਲੀਏ, ਏਦਾਂ ਨਿਕਲ ਜਾਂਦੀ ਬਰਫ ਬੁਰਜ ਤਾਂ ਦੱਸਿਆ ਸੀ ਨਾ ਉਦੋਂ ਵੀ ਏਦਾਂ ਲੈ ਕੇ ਆਏ ਉੱਪਰੋਂ। ਆ ਕੇ ਨਾ ਸਾਰੇ ਰੂਟ ਟੁੱਟੇ ਪਏ ਆ ਸਾਰੇ, ਆ ਵੇਖੋ ਕਿੱਦਾਂ ਹੋਇਆ। ਚਲੋ 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 ਚਲੋ, ਜਾਣ ਦਾ ਮੇਰਾ ਵੀ ਗੱਡੀਆਂ ਲੋਕ ਲੈ ਕੇ ਆਉਂਦੇ, ਪਿੱਛੇ ਨੀ ਖੜੀਆਂ ਸੀ, ਘੱਟੋ ਘੱਟ ਪਿੱਛੇ 100 ਗੱਡੀ ਖੜੀ ਸੀ। ਉਹ ਲੋਕ ਆਪਣੀਆਂ ਗੱਡੀਆਂ ਛੱਡ ਕੇ ਆਉਂਦੇ ਆ, ਟੈਕਸੀਆਂ ਲੈ ਕੇ ਆਉਂਦੇ ਆ, ਕਿਉਂਕਿ ਜਦੋਂ ਗੱਡੀਆਂ ਤਾਂ ਘੁੰਮਦੀ ਨਾ ਬੱਬੂ, ਮੂਹਰੇ ਮਗਰਾੜ ਮਗਰੂ ਟੁੱਟ ਸਕਦਾ ਗੱਡੀਆਂ ਦਾ ਫਸ ਕੇ, ਤਾਂ ਨਹੀਂ ਲੋਕ ਲੈ ਕੇ ਆਉਂਦੇ ਆਪਣੀਆਂ ਗੱਡੀਆਂ। ਚਲੋ ਦੇਖਦੇ ਹਾਂ ਕੀ ਬਣਦਾ, ਕਿੰਨਾ ਟਾਈਮ ਲੱਗਦਾ ਜੇ। ਉਹ ਬੱਲੇ ਵਿਊ ਕਿੰਨਾ ਸੋਹਣਾ ਫੋਨ ਚ ਦੇਖਣ, ਇੱਥੇ ਪਰਚੀ ਲੈਂਦੇ ਮੈਨੂੰ ਲੱਗਦਾ। ਹਾਂਜੀ ਕਿਤਨੇ? ਉਹ ਬੱਲੇ ਤੇਰੇ ਯਾਰ ਏਡੀ ਦੇ ਜਾਂਦੇ ਸੀ ਆਪਾਂ ਸੱਚ ਪਿੱਛੇ ਲੈ ਕੇ ਆਏ ਯਾਰ, ਇੰਨੀਆਂ ਪਰਚੀਆਂ ਨਾ ਬੱਲੇ ਦੇ। ਇਤਨੀ ਪਰਚੀ ਕਿਉਂ ਹੋਤੀ ਹੈ? ਲੁੱਟਦੇ ਹੀ ਆ ਡੋਰ, ਤੁਸੀਂ ਕੀ ਕਰਦੇ ਆ ਟੂਰਿਸਟ ਦਾ ਲੱਗਦਾ। ਚਲੋ ਹਾਂ ਆਉਂਦੀ ਬਰਫ ਮੇਰੀ ਵੀਰਿਓ, ਆ ਹੁੰਦੀ ਬਰਫ, ਤੁਸੀਂ ਤਾਂ ਕਹਿੰਦੇ ਦੇਖੀ ਨਹੀਂ ਹੋਣੀ। ਕਹਿੰਦਾ ਜੇ ਕਿਆ ਹੈ, ਕਹਿੰਦਾ ਜੇ ਰੇਤਾ ਹੈ। ਚਲੋ ਸੋਨਮਾਰਗ ਤਾਂ ਉਧਰ ਆ, ਗੱਲ ਤਾਂ ਫਸਾਈ ਹੋਈ, ਇਸ ਕੋ ਬੋਲੋ ਯਾਰ ਜਾ ਕੇ। ਦੇਖਿਆ ਪੰਗਾ ਇਹਨਾਂ ਦਾ, ਕਹਿੰਦੇ ਹੁਣ ਪਿੱਛੇ ਕਰਾ ਕੇ ਛੱਡਾਂਗੇ, ਇੱਕ ਰਾਰੀ ਫਸ ਗਈ ਇਹਨਾਂ ਦੀ, ਹੁਣ ਨਾਲਟੋ ਬਹਿ ਕੇ ਜਾਊਗੀ ਪਿੱਛੇ ਨੂੰ, ਕਿਉਂਕਿ ਉਹ ਲਾਈਨ ਕ੍ਰੋਸ ਕਰਕੇ ਇੱਧਰ ਦੀ ਆਇਆ। ਬੱਬੂ ਤੂੰ ਵੀ ਧਿਆਨ ਰੱਖੀ ਆਉਂਦਾ ਹੋਇਆ ਲਾਈਨ ਕ੍ਰੋਸ ਕਰਕੇ, ਨਾ ਹੀ ਬੈਕ ਲੱਗੀ ਜਿਹੜੀ ਮੈਨੇ ਪਿੱਛੇ ਨੂੰ, ਉਹ ਪਿਛਲੀ ਲਾਈਨ ਤੋਂ ਉਹ ਨਿਕਲ ਕੇ ਆਇਆ ਇਕੱਲਾ ਹੀ ਵਿੱਚ ਫਸਣ ਨੂੰ। ਚਲੋ ਬਰਫ ਖਾ ਲਓ, ਬਰਫ ਪੜਾਵਾਂ ਚੱਕ ਕੇ ਕਿੰਨੀ ਵਧੀਆ ਪਈ ਆ। ਆਪਾਂ ਸੋਨਮਾਰਗ ਕਹਿੰਦੇ ਪਹੁੰਚ ਚੁੱਕੇ ਹਾਂ, ਵੈਲਕਮ ਟੂ ਸੋਨਮਾਰਗ। ਚੱਲ ਬਈ ਚੱਲ ਚੱਲ ਬਈ ਚੱਲ ਚਲੋ ਸੋਨਮਾਰਗ, ਆਪਕੀ ਫੌਜ ਆਪਕੇ ਲੀਏ। ਵਾਹ ਫੌਜੀ ਬਹੁਤ ਆ ਵੀ ਇੱਧਰ ਸੱਚੀ।
ਚਲੋ ਗੱਡੀ ਕਿੱਦਾਂ ਲਾਉਣੀ ਆ? ਅਰੇ ਕੁੱਤਾ ਕਿੱਦਾਂ ਸੁੱਤਾ ਪਿਆ ਧੁੱਪੇ, ਮੂਹਰੇ ਲੈ ਚੱਲ ਮੈਂ ਕਹਿੰਦਾ ਮਾੜੀ ਜੀ ਕਿ ਨਹੀਂ ਦੇਖ ਲਾ ਬਾਕੀ। ਕਹਿੰਦੇ ਬੱਬੂ ਨੇ ਸਟੈਂਡ ਲੈ ਲਿਆ, ਕਹਿੰਦਾ ਗੱਡੀ ਬਹਿ ਕੇ ਲੈ ਕੇ ਜਾਣੀ ਆ, ਉਹ ਥੱਲਿਓ ਇੱਦਾਂ ਬਹਿ ਕੇ ਲੈ ਕੇ ਆਏ ਅਸੀਂ। ਚਲੋ ਚਲੋ ਚਲੋ, ਫਿਰ ਗੱਲ ਇਹ ਆ ਵੀ ਸਾਡੀ ਬੈਕ ਡਰਾਈਵ ਥੋੜੀ ਜ਼ਿਆਦਾ ਹਾਰਡ ਆ, ਪਿੱਛੇ ਬਰਫ ਬਹੁਤ ਆ। ਕਰਾ ਲਈ ਬੇਤੀ, ਕਰਾ ਲਈ ਹੁਣ ਬੇਤੀ, ਕਰਾ ਲਈ ਬੇਤੀ, ਤੈਨੂੰ ਮੈਂ ਕਹੀ ਗਿਆ ਰਹਿਣ ਦੇ ਨਾ ਕਰ ਯਾਰ, ਨਾ ਕਰੋ ਬਰਫ ਚ ਨਾ ਧਸਦੀ ਤੁਹਾਨੂੰ। ਬਸ ਡਰ ਗਈ ਹੁਣ, ਤੁਸੀਂ ਵੀ ਡਰ ਗਏ। ਹੋਟਲ ਕਿੱਥੇ ਆ? ਹੋਟਲ ਤਾਂ ਬਹੁਤ ਪਰੇ ਆ ਗਿਆ, ਛੱਡ ਥੱਲੇ ਲਾ ਦਿੰਦੇ, ਕੱਢ ਲਾਉਣ ਰਸ਼ ਮੌਕੇ ਰਹਿਣ ਦੇ, ਚੱਲ ਚੜਦੇ ਚੜਦੇ ਥੱਲੇ, ਬਹੁਤ ਹੋ ਗਈ ਹੁਣ, ਇੰਨੀ ਨੀ ਕਰਾਈ ਨਹੀਂ ਲੈਣੀ ਆ ਗਏ, ਸਾਡੀ ਮਰਜ਼ੀ ਅੰਕਲ, ਪਰੇ ਹੋ ਜਾ ਮਾੜਾ ਯਾਰ। ਔਖਾ ਚਲੋ ਕੋਈ ਚੱਕਰ ਨੀ, ਦੇਖਦੇ ਕਿੰਨਾ ਟਾਈਮ ਲੱਗਦਾ ਜੀ। ਜਗ੍ਹਾ ਹੀ ਤਾਂ ਦੇਖੀ ਉਹ ਹੁੰਦੀ ਹਮੇਸ਼ਾ ਨੇ, ਪਰੇ ਮਾਮਾ ਇਹਦਾ ਬ੍ਰੇਕਾ ਫੇਲ ਹੋਈਆਂ ਆ ਗੱਡੀ, ਕਹਿੰਦਾ ਗੱਡੀ ਪਤਾ ਨੀ ਕਿੱਧਰ ਨੂੰ ਚੱਲ ਜਾਂਦੀ ਆ, ਜਾਣਦੇ ਮੇਰਾ ਵੀ ਜਾਣਦੇ ਆਉਣ ਦੇ ਹੋਰ ਕੱਟੀ ਆ ਲੱਭ ਬੀਟ ਜਾਣਦੇ, ਪਿਛਲੀ ਗੱਡੀ ਭੱਜ ਗਈ ਡਰ ਕੇ, ਜਾਣਦੇ ਗੱਡੀ ਵਾਲੇ ਚਲੇ ਗਏ ਪਿੱਛੇ ਵਾਲੇ ਹੋਰ ਦੱਬਦੇ, ਕੱਟੀ ਆ ਮਗਰ ਕਹਿੰਦਾ ਤਾਂ ਕੱਟੀ ਥੱਲੇ ਦੇਤੀ, ਕਹਿੰਦਾ ਮੈਂ ਦੱਸੀ ਜ਼ਿਆਦਾ ਪਿੱਛੇ ਕੱਟੀ ਆ ਦੱਸ ਗੱਡੀ ਨਾ ਚੱਲਦੀ, ਮੈਂ ਦੋਵੇਂ ਲਾ ਲੈਣ ਗੱਡੀ ਨੂੰ ਦੱਬਣਾ ਤੇ ਸਾਡੇ ਨਾ ਆ ਗਏ ਵੀ। ਚਲੋ ਤੇ ਪਹੁੰਚ ਗਏ ਆਪਾਂ, ਹੁਣ ਦੇਖਦੇ ਹਾਂ ਇੱਥੇ ਕੀ ਬਣਦਾ। ਹੋਰ ਐਵੇਂ ਕੋਟ ਜਿਹਾ ਫੜਾਈ ਜਾਂਦੀ, ਮੈਂ ਨਹੀਂ ਪਾਉਂਦਾ ਕੋਟ ਇੱਦਾਂ ਦੇ, ਹੋਰ ਜੇ ਹੁਣ ਕੋਟ ਪਾਉਣੇ ਇੱਥੇ ਆਉਣਾ ਸੀ, ਪਿੱਛੇ ਕਸ਼ਮੀਰੇ ਆਉਣਾ ਸੀ, ਪਿੰਡ ਨਾ ਘੁੰਮੀ ਜਾਂਦੇ ਕੋਟ ਪਾ ਕੇ, ਜਾਂ ਰਾਜਸਥਾਨ ਚਲ ਜਾਂਦੇ ਗਰਮੀ 'ਚ ਕੋਟ ਪਾਉਣਾ ਹੁੰਦਾ, ਉਹ ਇੱਥੇ ਠੰਡ ਨਹੀਂ ਲੱਗਦੀ ਹੁੰਦੀ ਬਰਫ਼ ਦੇ ਵਿੱਚ, ਇੱਕ ਮਿੰਟ ਸੁਣ, ਬਰਫ਼ 'ਚ ਠੰਡ ਨਹੀਂ ਹੁੰਦੀ, ਇੰਨਾ ਪੂਰਾ ਦਿਮਾਗ ਹੀ ਖਰਾਬ ਆ। ਚਲੋ ਆ ਜਾਓ ਹੁਣ ਚੱਲੀਏ, ਪਹਿਲਾਂ ਚਾਹ ਚੂਹ ਪੀ ਕੇ ਆਉਣੀ, ਆ ਜਾਓ ਚਾਹ ਪੀ ਕੇ ਆ ਕੇ ਖਾ ਪੀ ਕੇ, ਅਤੇ ਚੱਲ ਕਿਆ ਕਰਦੀਆਂ ਤੂੰ, ਇਹ ਤਾਂ ਕਹਿਣਾ ਮੈਨੂੰ ਖਿੱਚਦਾ ਆ ਬਰਫ਼ ਜਾ ਕੇ ਭੇੜ ਜਿਹੀ, ਇਹ ਹਰ ਜਾ ਆ ਜਾ ਸੱਟ ਲਵਾਉਂਗੇ ਡੈਕ ਕੇ। ਚਲੋ ਕੌਣ ਪਹਿਲਾਂ ਕੀ ਆ, ਚਲੋ ਅਤੇ ਹੁਣ ਚੱਲੀ ਚਾਹ ਪੀਏ ਕਿਤੇ, ਅਤੇ ਉਸ ਤੋਂ ਬਾਅਦ 'ਚ ਫਿਰ ਉਹ ਤੋਂ ਬਾਅਦ ਵਿੱਚ ਫਿਰ ਘੁੰਮਣ ਫਿਰਨ ਦਾ ਦੇਖਦੇ ਹਾਂ, ਫਿਰ ਬਸ ਘੁੰਮਣਾ ਹੀ ਆ ਆਪਾਂ, ਫਿਰ ਇੰਜੋਏ ਕਰਨਾ ਜਿੰਨਾ ਕਹਿ ਸਕਦੇ ਹਾਂ, ਕਹਿੰਦਾ ਬਰਫ਼ ਜਿਹੀ ਕੁਛ ਹੁੰਦਾ, ਚੁੱਪ ਕਰ ਜਾ। ਹੋਰ ਹੁਣ ਟ੍ਰੇਨ ਆਏ ਹਾਂ ਅਤੇ ਹੈਗਾ ਬਰਫ਼ ਦੇ ਬਿਲਕੁਲ ਵਿੱਚ, ਪਤਾ ਨਹੀਂ ਕਿੱਥੋਂ ਹੱਥ ਪੈ ਜਾਂਦੀ ਮੈਨੂੰ, ਅਤੇ ਅਸੀਂ ਕੌਣ ਟ੍ਰੇਨ ਆਏ ਹਾਂ, ਮਾਰਿਆ ਕਦੋਂ ਯਾਦ ਦਿੰਦਾ ਮੈਂ ਕਹਿੰਦਾ ਪਰੀ ਜਾਂਦਾ ਮੇਰੀ, ਅਤੇ ਹੁਣ ਅਸੀਂ ਇੱਥੇ ਆਏ ਹੈਗੇ ਬ੍ਰੇਕਫਾਸਟ ਕਰਨਾ, ਉਸ ਤੋਂ ਬਾਅਦ ਫਿਰ ਚੱਲਦੇ ਹਾਂ, ਬ੍ਰੇਕਫਾਸਟ ਤਾਂ ਨਹੀਂ ਕੀਤਾ ਆਉਣ ਲੱਗਿਆ ਨੇ, ਉਹਦਾ ਪਰੌਂਠਾ ਖਾਧਾ ਹੀ ਸੱਚ, ਆਪਾਂ ਬ੍ਰੇਕਫਾਸਟ ਕੀ ਜਾਂਦਾ ਮੈਂ, ਹੁਣ ਲੰਚ ਕਰਨ ਲੱਗੇ ਹਾਂ ਬ੍ਰੇਕਫਾਸਟ,
ਤਾਂ ਨਹੀਂ ਕੀਤਾ ਸੀ ਲੰਚ ਆਪਾਂ, ਦੂਰ ਆ ਬੁੱਥੀ ਅੱਗੇ ਲਿਖਿਆ ਇਹਦਾ, ਸੋ ਪਹੁੰਚ ਗਏ ਹਾਂ ਆਪਾਂ। ਔਰੇਂਜ ਜੂਸ ਆ ਗਿਆ, ਪਰ ਦੇਖਣ ਨੂੰ ਦੂਰ ਇੱਦਾਂ ਲੱਗਦਾ ਮੈਂਗੋ ਜੂਸ ਹੁੰਦਾ। ਵਾਹ ਬਈ ਵਾਹ, ਚਾਹ ਮੁੰਡੇ ਨਾਲੋਂ ਸੋਹਣੀ ਤੇ ਸਵਾਦ ਆ। ਕੌਂਟਰੀਅਨ ਦਾ ਜੂਸ ਹੋਵੇ ਤਾਂ ਸਵਾਦ ਨਾ ਹੋਵੇ, ਇੱਦਾਂ ਕਦੇ ਹੋਇਆ? ਚਲੋ ਹਜੇ ਸਾਡੀ ਚਾਹ ਨਹੀਂ ਆਈ। ਫਰੈਂਚ ਫਰਾਈਜ਼ ਵੀ ਆ ਗਈਆਂ, ਸੈਂਡਵਿਚ ਆ ਗਏ, ਚਾਹ ਵੀ ਆ ਗਈ। ਚਾਹ ਦੇ ਕੱਪ ਬਹੁਤ ਬੜੇ ਬੜੇ ਆ, ਜਿਹੜੇ ਕੌਫੀ ਦੇ ਕੱਪ ਹੁੰਦੇ ਆ। ਚਲੋ ਇੱਕ ਕੱਪ ਵੀ ਵਾਧੂ ਬੱਬੂ ਨੇ ਪੀਣੇ, ਦੋ ਕੱਪ ਪੀ ਲਈ ਕੋਈ ਨਹੀਂ ਤਾਂ। ਚਲੋ ਚਾਹ ਪੀ ਲਈ, ਚਾਹ ਵੀ ਉਹਨੇ ਇਸ ਤਰ੍ਹਾਂ ਦਿੱਤਾ ਸੀ ਇੱਕ ਕੱਪ ਸਾਨੂੰ, ਹੁਣ ਉਹ ਵੀ ਨਹੀਂ ਪੀ ਹੋਇਆ ਸਾਡੇ ਕੋਲ। ਮੈਂ ਕਿਹਾ ਬੱਬੂ ਨੂੰ ਦੋ ਪੀ ਲਾ, ਮੰਨਿਆ ਹੀ ਨਹੀਂ, ਮੰਨਿਆ ਹੀ ਨਹੀਂ। ਉਹ ਕੰਮ ਹੋ ਗਿਆ ਸੀ, ਬਚ ਗਏ, ਡਿੱਗ ਗਏ, ਉਹਦੇ ਵਾਂਗੂ ਨਹੀਂ ਡਿੱਗੇ ਜਿੱਦਾਂ ਉਹ ਕਹਿੰਦੇ। ਯਾਦ ਕਿਉਂ ਲੱਗਾ ਡਿੱਗਣ, ਇੱਕ ਲੱਤ ਮੂਹਰੇ। ਚੱਲ ਇੱਥੇ ਡਿੱਗ ਕੇ ਦੇਖਦਾ ਕਰਕੇ, ਚੱਲ ਇੱਥੇ ਡਿੱਗ ਕੇ ਦੇਤਾ, ਡਿੱਗ ਜਾ ਔਖਾ। ਚਲੋ ਹੁਣ ਕੱਪੜੇ ਕੁਪੜੇ ਲੈ ਗਏ ਤੇ ਫਿਰ ਚੱਲਦੇ ਆ, ਫਿਰ ਖੇਡਦੇ ਆ ਜਾ ਕੇ। ਸ਼ੂਜ਼ ਲੈ ਲਏ ਆਪਾਂ, ਮੇਰੇ ਤਾਂ ਬੱਚਿਆਂ ਜੇ ਹਾਲੇ ਪਾਤੇ, ਮੇਰੇ ਤਾਂ ਨਿੱਕੇ ਜੇ ਪਏ ਆ, ਦੇਖੀ ਮੇਰੇ ਕੀ ਆ, ਸੇਮ ਹੀ ਆ ਕੁੱਤੇ ਆ ਗਏ। ਤੇਰੇ ਤਾਂ ਪੈਰੇ ਟੋਟ ਆ ਇਹਦੇ ਆ ਪਵਨ ਦੇ ਵੀ ਹੋ ਗਈ ਡੀਲ ਫੇ। ਅੱਛਾ ਪਵਨ ਦੇ ਤਾਂ ਪੈਰ ਹੀ ਨਹੀਂ ਹੋਣੇ, ਲਾਂਗੇ ਨਾ ਉਤਰਦੇ ਟਾਈਮ ਦੇ ਜੋ ਤਾਰੀ ਉਹ ਬੁਰੇ ਨਾ, ਇਹ ਦੇਖ ਸੁਣ ਗਿਆ ਬੋਲਡੂ ਹੈ। ਹਾਂ ਉਂਗਲੀ ਅੰਦਰ ਹੋਈ ਹੈ। ਅੱਛਾ ਬੈਠੋ ਇਧਰ, ਮੈਡਮ ਆਪ ਥੋੜਾ ਸਾਈਡ ਬੈਠੋ। ਬੰਦਾ ਕਿੰਨਾ ਆ ਗਿਆ ਸੱਤ ਸੱਤ ਚਾਰ। ਹਾਂ ਫੇਰ ਉਹ ਤੋਂ ਬੋਲਡੂ ਹੋ ਗਿਆ। ਚਲੋ ਤੇ ਹੁਣ ਆਪਾਂ ਆ ਗਏ ਆ ਸਨੋ ਦੇ ਵਿੱਚ। ਇਧਰ ਬਾਈ ਹੁਣੀ ਸਾਡੇ ਮਗਰ ਪਏ ਹੋਏ, ਕਹਿੰਦੇ ਵੀ ਸਾਡੇ ਕੋਲ ਰੀਲ ਬਣਵਾਓ ਏਦਾਂ, ਪਰ ਰੀਲਾ ਆਪਾਂ ਤੁਹਾਨੂੰ ਪਤਾ ਆ ਪਈ ਚਿੱਪ ਕੱਢ ਲਈਦੇ ਆ। ਚਲੋ ਚੱਲ ਵੀ ਚੱਲ ਕੇ ਡਿੱਗ ਨਾ ਪਏ ਪਿੱਛੇ ਨੂੰ, ਬੋਲਦਾ ਪੇਜ ਪੇ ਦੇਖੋਗੇ ਧਿਆਨ ਨਾਲ। ਚੱਲ 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 ਬੰਦੇ ਮਾਤਰਮ ਬਾਈ, ਰਹਿਣੇ ਦੋ, ਨਹੀਂ ਬਣਵਾਨੀ ਆ ਆਪ ਆਪਣਾ ਨੀਚੇ ਦੇਖੋ ਨਾ, ਬੰਦਾ ਕੋਈ ਆਪਕਾ ਟਾਈਮ ਖਰਾਬ ਹੋ ਜਾਏਗਾ, ਐਕਟਰ ਬਣਨ ਲੱਗ ਜਾਂਦੇ ਪਏ ਸਾਰੇ। ਚਲੋ ਤੇ ਲਓ ਜੀ, ਜਿਹਨਾਂ ਕੋਈ ਨਾ ਵੀਡੀਓ ਬਣਾਓ ਐਕਟਰ ਬਣ ਜਾਂਦੇ ਆ। ਆਪਦਾ ਐਡਾ ਤੂੰ ਸਾ ਸਨੀ ਦਿਓ ਲਾ। ਚਲੋ ਚਲੀਏ ਹੁਣ ਉੱਪਰ ਚੜ ਕੇ, ਬਾਈਕ ਬੁਈਕ ਅਸੀਂ ਲੈਣੀ ਨਹੀਂ। ਬਾਈਕਾਂ ਦੇ ਵਿੱਚ ਥੋੜ੍ਹਾ ਇੱਦਾਂ ਵੀ ਇਕੱਲੇ ਇਕੱਲੇ ਜਾਣ ਨਾਲ ਘੁੰਮ ਸਕਦੇ ਹਾਂ, ਡਰਾਈਵਰ ਉਹਨਾਂ ਦਾ ਸਵਾਦ ਨਹੀਂ ਆਉਂਦਾ, ਸੋ ਅਸੀਂ ਆਪ ਹੀ ਲੀਟਾਂ ਲੁੱਟਾਂਗੇ, ਡਿੱਗਾਂਗੇ ਰੋੜ ਕੇ ਥੱਲੇ ਨੂੰ ਜਾਵਾਂਗੇ, ਫੇਰ ਸਵਾਦ ਆਊਗਾ। ਚਲੋ ਤੂੰ ਕਿੱਦਾਂ ਨਹੀਂ ਆਊ, ਤੂੰ ਭੱਜੀ ਆਊਗੀ। ਚਲ ਚੜਿਆ ਚੜਿਆ ਹੁਣ, ਤੈਨੂੰ ਬਾਈਕ ਲੈ ਦੀ ਇਕੱਲੀ ਨੂੰ, ਤੂੰ ਇਕੱਲੀ ਬਾਈਕ 'ਚ ਘੁੰਮ ਲਈ ਠੀਕ ਹੈ। ਦੇਖਦਾ ਫੂਕਾ ਮਾਰਦੇ, ਮੈਂ ਤੈਨੂੰ ਕਹਿੰਦਾ। ਆਹੋ ਉਹ ਦੇਖੋ ਕੌਂਟਰੀ ਇਨ, ਤੈਨੂੰ ਬਾਈਕ ਲੈ ਦੇਵਾਂ, ਉਹਨੇ ਬਾਈਕ 'ਤੇ ਘੁੰਮਾ ਲੈਣਾ ਤੈਨੂੰ, ਲੈ ਔਖਾ ਦੇ ਆ ਰਹੇ ਇੱਦਾਂ ਦੀ ਬਾਈਕ ਹੋਣੀ ਹੈ, ਦੇਖ ਲਾ ਚਾਹੀਦੀ। ਓਹੋ ਇੱਕਦਮ ਆਉਂਦੀ ਨਹੀਂ, ਚਲੋ ਉੱਪਰ ਜਾਏ ਕਰਦੇ ਕੰਟੀਨਿਊ। ਚਲੋ 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 ਛੱਡ ਮੇਰੇ ਨਾਲ ਵਾਲੀ ਹਾਈ ਮੇਰੇ ਕੱਲ ਨਾ ਵਾਲੀ ਪਲੀਜ਼। ਆ ਗੱਡੀ ਤੇਰੀ ਕੱਟ ਤੈਨੂੰ ਦੱਸਾਂ ਮੈਂ, ਤੇਰੇ ਲਈ ਗੋਲਾ ਰੈਡੀ ਕਰਨਾ ਪੈਣਾ ਮੈਨੂੰ ਸਪੈਸ਼ਲ। ਅਰੇ ਉਹ ਯਾਰ ਇੰਨੀ ਬਰਫ਼ ਜ਼ਿੰਦਗੀ 'ਚ ਨਹੀਂ ਦੇਖੀ ਕਦੇ, ਜਿੰਨੀ ਇਸ ਵਾਰ ਆ। ਮੈਨੂੰ ਕਹਿੰਦੇ ਸੀ ਇਹ ਚੜ੍ਹਦੀ ਨਹੀਂ ਹੈਗੀ, ਪਿੱਛੇ ਹੀ ਰਹੀ ਜਾਂਦੀ ਆ।
ਆਪ ਦੇਖ ਪਿੱਛੇ ਕਿੰਨੀ ਆਉਣਾ ਨੀ ਕੀ ਹੋਇਆ ਬਰਫ ਪੈ ਗਈ ਪੈਰ ਚ ਏਦਾਂ ਹੀ ਮੈਂ ਹੌਲੀ ਹੌਲੀ ਕਛੂਏ ਵਾਲੀ ਚਾਲ ਤੇ ਆ ਗਈ ਮੈਂ ਹਾਈ ਵਾਓ ਇੱਥੇ ਮੈਂ ਨਾਮ ਲਿਖਦੀ ਉਹਨਾਂ ਨੂੰ ਕੀ ਪਤਾ ਉਹ ਬਿਜਲੀ ਮਹਿਕਮੇ ਚ ਲੱਗੇ ਯਾਰ ਨਹੀਂ ਕੱਪੜੇ ਗਿੱਲੇ ਹੁੰਦੇ ਸੱਚੀ ਹੈ ਜਾਦੂ ਹੀ ਬਰਫ ਮੇਰੀ ਲੱਤ ਕਹਿੰਦੇ ਬਿਜਲੀ ਹੈ ਨੀ ਪਪਨੇ ਬਿਜਲੀ ਹੈ ਨੀ ਹੈ ਨੀ ਚੱਲ ਆ ਜਾਓ ਨਹੀਂ ਉੱਤਰ ਹੁੰਦਾ ਤੁਹਾਨੂੰ ਕਹੀਏ ਜਿੱਥੋਂ ਉੱਥੇ ਉੱਤਰਦੇ ਸੀ ਨਾ ਲੋਕੀ ਉੱਥੋਂ ਹੀ ਉੱਤਰ ਹੋਣਾ ਵਾ ਮੰਨ ਲਾ ਮੇਰੀ ਗੱਲ ਹਲੇ ਵੀ ਉੱਧਰ ਥਕਾਈ ਜਾਂਦੇ ਆ ਮੰਨ ਲਾ ਜਿੱਥੇ ਲੋਕੀ ਉੱਤਰਦੇ ਨਾ ਉੱਥੇ ਚੱਲੋ ਆਇਆ ਪਵਨੇ ਲੱਤਾਂ ਆਏ ਮੰਮੀ ਕੀ ਕਰਦਾ ਯਾਰ ਆ ਕੀ ਲੱਤ ਵੜ ਗਈ ਸ਼ੂਹਰ ਵੀ ਦਾ ਆਈਸਕ੍ਰੀਮ ਪਾਈ ਹੋਈ ਹੈ ਆਏ ਪਵਨੇ ਗਿੱਲੀਆਂ ਹੋਣੀਆਂ ਜਿਹੜਾ ਪਾ ਤੇਰੀਆਂ ਕਿਹੜਾ ਸੁੱਕੀਆਂ ਹੋਣੀ ਜਦੋਂ ਗੁੱਬੀ ਜਾਂਦੀ ਮੈਂ ਸਾਈਡ ਤੇ ਚੱਲੀ ਆ ਜਿੱਟਰ ਟਰਾਈ ਟਰਾਂ ਖੋਬੀ ਜਾਂਦੀ ਆ ਯਾਰ ਜਰਾਬਾਂ ਚ ਪਾਣੀ ਪੈ ਗਿਆ ਕਿੱਥੋਂ ਆਏ ਆ ਓ ਨੀਚਿਓ ਵੀ ਆਪਾਂ ਰੁੜਦੇ ਆਵਾਂਗੇ ਸਲਾਈਡਾਂ ਜੀਆਂ ਬਣੀਆਂ ਹੋਣਗੀਆਂ ਹਨਾ ਜਿੱਥੋਂ ਪਹਿਲੇ ਲੋਕੀ ਰੁੜ ਕੇ ਆਏ ਹੋਗੇ ਪਰ ਉਹ ਤੱਕ ਚਲ ਗਏ ਆ ਬਣਾਉਣ ਲੱਗੇ ਉਹ ਆਵੇ ਯਾਰ ਪਤਾ ਸਾਰੀ ਸੋਫਟ ਆ ਇਥੋਂ ਨਾ ਸਲਿਪਰ ਹੀ ਨੀ ਹੁੰਦਾ ਵਾ ਸਲਿਪ ਜਾ ਹੀ ਨੀ ਵੱਜਦੀ ਅੱਗੇ ਲਾਸਟ ਟਾਈਮ ਜਦੋਂ ਆਪਾਂ ਉਹ ਲਾਸਟ ਵਾਲੀ ਪਹਾੜੀ ਨਾ ਜਿਹੜੀ ਉਹ ਬਣੀ ਆ ਉਹਦੇ ਤੋਂ ਰੁੜ ਰੁੜ ਕੇ ਆਏ ਸੀ ਇੱਥੇ ਤਾਂ ਰੁੜ ਹੀ ਨਹੀਂ ਹੁੰਦਾ ਵਿਚਾਰੇ ਨਾਕਾਮ ਕੋਸ਼ਿਸ਼ ਹੁਣ ਇੱਧਰ ਨੂੰ ਆ ਜਾਣਾ ਫੇਰ ਉਹਨੂੰ ਕਹਿ ਇੱਧਰ ਨੂੰ ਚੱਲ ਰਾਈਡ ਪੁੱਛਣ ਲੱਗ ਗਿਆ ਉਹ ਤਾਂ ਆ ਕੇ ਬਰਫ ਹੀ ਬਰਫ ਬਰਫ ਹੀ ਬਰਫ ਉਹ ਤੁਹਾਨੂੰ ਦਿਖਾਵਾਂ ਬੂਟਿਆਂ ਤੇ ਬਰਫ ਪਈ ਕਿੰਨੀ ਸੋਹਣੀ ਲੱਗ ਰਹੀ ਦੇਖੋ ਲੀ ਬਣਾਤੀ ਸਾਰੀ ਆ ਜਾਓ ਆ ਜਾਓ ਇੱਥੇ ਤੱਕ ਹੁਣ ਉਹ ਆਉਗੇ ਫਿਰ ਅਸੀਂ ਦੇਖਦੇ ਆ ਜਾ ਆ ਜਾ ਪੈਰ ਨਾ ਥੱਲੇ ਲਾਈ ਇਹਨੇ ਲੀ ਖਰਾਬ ਕਰ ਦਿੱਤੀ ਪਹਿਲੇ ਇਹਨੇ ਖਰਾਬ ਕੀਤੀ
ਇਹਨੇ ਕੀਤੀ ਆਹੋ ਬਣਾਉਂਦੇ ਹੋਏ ਚੋਬਰ ਇੱਕ ਵਾਰ ਦੁਬਾਰਾ ਲੈ ਕੇ ਫੜ ਕੇ ਬਸ ਕਰ ਐਡੀ ਦੂਰ ਤੱਕ ਨਹੀਂ ਜਾਇਆ ਜਾਣਾ ਚੱਲ ਤੁਸੀਂ ਖਰਾਬ ਕਰਤੀ ਯਾਰ ਇਹ ਤੁਹਾਡਾ ਨਾਮ ਚਲੋ ਜੀ ਚੱਲੀਏ ਅਸੀਂ ਹਜੇ ਉਹ ਜਾਣਾ ਜਿੱਥੇ ਵੀ ਜਾਂਦੇ ਸਾਨੂੰ ਲੱਭਦਾ ਹੀ ਹੋਣਾ ਬਿਸਕੁਟ ਪਾ ਦਈਏ ਪਾਦੇ ਪਾਦੇ ਖਾ ਲੂਗਾ ਦੇਖ ਲਾ ਪਹਿਲਾਂ ਖਾਊਗਾ ਡਰਾਤਾ ਖਾ ਗਿਆ ਚਲੋ ਇੱਥੋਂ ਹੁਣ ਖਾਵਾਂਗੇ ਆਪਾਂ ਮੈਗੀ ਤੇ ਚਾਹ ਪੀਵਾਂਗੇ ਤੇ ਫਿਰ ਦੇਖਦੇ ਆ ਕੀ ਬਣਦਾ ਉਹ ਤੋਂ ਬਾਅਦ ਚਲੋ ਤੇ ਹੁਣ ਮੈਗੀ ਤੇ ਚਾਹ ਪੀਣ ਦਾ ਸਵਾਦ ਵੱਖਰਾ ਹੀ ਆ ਮੈਨੂੰ ਥੱਲਿਓ ਸੰਗਲੀ ਲੱਗੀ ਦੇਖਣ ਨੂੰ ਮੈਂ ਸੰਗਲੀ ਲੱਗੇ ਪਤਾ ਨੀ ਹੁੰਦਾ ਮੈਨੂੰ ਧਾਗਾ ਹੀ ਲੱਗਾ ਸੀਗਾ ਮੇਰਾ ਚੈਨ ਉੱਦੇ ਗਿਆ ਸੀਗਾ ਹੋਰ ਚਲੋ ਇੱਧਰ ਬਣਦੀ ਪਈ ਆਪਣੀ ਮੈਗੀ ਚਾਹ ਤੇ ਬ੍ਰੈਡ ਆਮਲੇਟ ਮੈਗੀ ਜ਼ਿਆਦਾ ਸਵਾਦ ਸੀ ਆ ਦੇਖੋ ਆ ਵੀ ਨਾਲ ਦੱਬ ਹੋਏ ਆਪਾਂ ਆ ਵੀ ਲੈ ਕੇ ਚੱਲੇ ਆ ਮੈਨੂੰ ਦੇਖਦਾ ਤਾਂ ਸੱਟ ਨਾਲ ਵਾਲੇ ਹੀ ਦੇਖ ਲੈ ਲਿਆ ਉੱਥੇ ਜੇ ਕਰ ਲਿਆ ਵਾਹ ਮੰਮਾ ਵਾਹ ਆਈ ਗਾ ਅੰਡਰਸਟੈਂਡ ਆਂਟੀ ਹੱਸਦੀ ਦੇ ਲੈ ਮੇਰੀ ਗੱਲ ਤੇ ਉਹ ਦੇਖੀ ਸੱਟ ਨਾਲ ਨਹੀਂ ਮਾਮਾ ਮੈਂ ਤਾਂ ਪਿੱਛੇ ਆਉਂਗੀ ਸਭ ਤੋਂ ਚੱਲ 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 ਗੱਡੀ ਦਾ ਸੱਟ ਬਹੁਤ ਬੁਰੀ ਲੱਗ ਰਹੀ ਹੈ ਮਜ਼ਾਕ ਕਾਲੀ ਬਰਫ ਬਹੁਤ ਗੰਦੀ ਮੈਂ ਦੰਦ ਡੜਾਮ ਕਰਦੀ ਡਿੱਗੀ ਸੀ ਗੱਡੀ ਆ ਗਈ ਬਸ ਇੱਧਰ ਹੋ ਜਾ ਆਦੇ ਭਾਫ ਨਿਕਲਦੀ ਯਾਰ ਇੱਥੇ ਪਾਣੀ ਹੈ ਉਹ ਆ ਜਾਓ ਇੱਥੇ ਨਿਕਲ ਜਾਂਦੇ ਜਾਂ ਤਾਂ ਪਪਨਾ ਨਹੀਂ ਲੰਗਲੋ ਉਹ ਜਾਨੂ ਨੇ ਪੁੱਜਣਾ ਯਾਰ ਜਾਂ ਤਾਂ ਨਿਕਲ ਜਾਣਾ ਹੁੰਦਾ ਛਿੱਟਾ ਪੈ ਜਾਂਦਾ ਹੁੰਦਾ ਫਿਰ ਵੀ ਆਰਾਮ ਸੇ ਧੀਰੇ ਧੀਰੇ ਉਹ ਕੱਲੀ ਗੱਡੀ ਰਹਿ ਗਈ ਆਪਣੀ ਖੜੀ ਆਦੇ ਕੱਲੀ ਗੱਡੀ ਆਪਣੀ ਰਹਿ ਗਈ ਉਹ ਦੇਖਿਓ ਜ਼ਰਾ ਕੌਣ ਖੜਾ ਖੱਜ ਦੇਖੋ ਦੇਖੋ ਮੁਗਲ ਇੰਡੀਆ ਬਹੁਨੇ ਆ ਦੇ ਮੁਗਲ ਇੰਡੀਆ ਰੈਸਟੋਰੈਂਟ ਮੁਗਲ ਇੰਡੀਆ ਦਿਖਾਉਂਦੀ ਆ ਕਹਿੰਦੇ ਮੁਗਲ ਇੰਡੀਆ ਚਲੀਏ ਯਾਰ ਆਹ ਦੇ ਬਰਫ ਕਿੰਨੀ ਗੰਦੀ ਹੋਈ ਵਾ
ਪਰ ਉਹ ਉੱਥੇ ਜਾਵੇ ਜੇ ਬਰਫ ਦੇਖਣੀ ਇਹ ਹੁਣ ਚਾਹੁੰਦੀ ਮੈਂ ਲੈ ਕੇ ਜਾਓ ਦੁਬਾਰਾ ਅੱਜ ਖਾਣਾ ਬਹੁਤ ਪਸੰਦ ਲੱਗਾ ਆ ਤੇਲ ਖਾ ਕੇ ਬਹੁਤ ਖੁਸ਼ ਹੋਈ ਰਾਤੀ ਤੇਲ ਨੂੰ ਕਿਤੇ ਦੇ ਦਿਆ ਕਰਦੇ ਯਾਰ ਆਇਲ ਬਹੁਤ ਯੂਜ਼ ਕਰਦੇ ਖਾਣੇ ਚ ਬਹੁਤ ਜ਼ਿਆਦੇ ਮੁੜ ਕੇ ਪਤਾ ਗੱਡੀਆਂ ਜਾਣੀਆਂ ਫਿਰ ਏਦਾਂ ਚੱਲ ਹੁਣ ਪੈਡਾਗਰੀ ਵੀ ਖਾ ਲਾ ਉਹ ਤਾਂ ਖਾ ਲਿਆ ਖਾ ਲੈਣੇ ਨੇ ਖਾ ਲੈਣਾ ਇਹਨੇ ਹੌਲੀ ਹੌਲੀ ਖਾਣਾ ਪਰ ਦੇਖ ਕੇ ਚਲੋ ਬੈਠੋ ਗੱਡੀ ਚੱਲ ਚਲੋ ਬਹੁਤ ਟਾਈਮ ਹੋ ਗਿਆ ਹੁਣ ਕਹਿਣ ਹੁਣ ਬਿਸਕੁਟ ਨੂੰ ਛੱਡੋ ਤੇ ਬਹੁਤ ਵਧੀਆ ਰਿਹਾ ਘੁੰਮ ਫਿਰ ਲਿਆ ਬੜਾ ਸਵਾਦ ਆਇਆ ਨਜ਼ਾਰੇ ਲੱਗ ਗਏ ਜ਼ਿੰਦਗੀ ਦੇ ਪੂਰੇ ਐਨ ਤੇ ਹੁਣ ਚੱਲੇ ਹੈਗੇ ਹਾਂ ਆਪਾਂ ਘਰ ਨੂੰ ਨਹੀਂ ਮੰਨ ਲਓ ਹੋਟਲ ਨੂੰ ਚਲੋ ਨਾ ਨਾ ਠੀਕ ਹੈ ਹੁਣ ਹੁਣ ਬੈਠੇ ਹੋਏ ਤਾਂ ਬੈਠੇ ਆ ਜਰਾਫਾਂ ਮੇਰੀਆਂ ਠੀਕ ਹੈ ਸੁੱਕ ਗਈਆਂ ਕੋਈ ਚੱਕਰ ਨਹੀਂ ਚਲੋ ਸਹੀ ਆ ਤੇ ਬਾਕੀ ਫਿਰ ਕਰਦੇ ਆ ਵਲੌਗ ਕੰਟੀਨਿਊ ਇੱਕ ਮਿੰਟ ਸ਼ੁਰੂ ਤਾਂ ਦੱਸੀ ਆਹ ਕਿੰਨੀ ਧੁੰਦ ਜੀ ਬਣ ਗਈ ਠੰਡ ਹੋ ਗਈ ਆਇਆ ਏਸੀ ਲਾ ਕੇ ਜਾਈਦਾ ਕੀ ਹੋਇਆ ਬੱਬੂ ਕੀ ਹੋਇਆ ਕੁਝ ਵੀ ਨਹੀਂ ਦੱਸੀ ਮੇਰਾ ਭਰਾ ਦੱਸੀ ਤੂੰ ਵਿਆਹ ਦਾ ਗੱਲ ਮੰਨਦਾ ਕੀ ਗੱਲ ਹੋਈ ਸੀ ਜੰਮੀਓ ਮੋਰੇ ਆਹੋ ਤੂੰ ਗੱਲ ਦੱਸਦਾ ਸੀ ਉਹ ਦੱਸ ਕਿਹੜੀ ਹੁਣੇ ਹੁਣੇ ਸਾਡੇ ਪਿੰਡ ਇੰਨੀ ਠੰਡ ਤੇ ਬੰਦਾ ਗੱਲ ਕਰਦਾ ਸਾਡੇ ਪਿੰਡ ਨਹੀਂ ਭਰਾਵਾ ਪੀੜੀਆਂ ਜੀ ਨਹੀਂ ਹੈਗੀ ਉਹ ਆਹੋ ਆਹੋ ਦੱਸ ਸਾਡੇ ਪਿੰਡ ਕੱਲ ਸਾਡੇ ਏਰੀਏ ਚ ਇੰਨੀ ਠੰਡ ਆ ਕਹਿੰਦਾ ਬੰਦਾ ਬੋਲਦਾ ਅੱਖਰ ਜੰਮ ਜਾਂਦੇ ਸਾਡੇ ਬੰਦਾ ਹੀ ਜਾਮੀ ਜਾਂਦਾ ਉਹਨੂੰ ਤਵੇ ਤੇ ਬਣਾ ਕੇ ਦੇਖਣਾ ਪੈਂਦਾ ਕਹਿੰਦਾ ਠੀਕ ਹੈ ਪਵਨ ਤੂੰ ਕੋਟ ਕਦੇ ਖੋਲੀ ਜਾਂਦਾ ਆ ਲਓ ਤੇ ਟਾਈਮ 9 ਵੱਜ ਗਏ ਹੁਣ ਅਸੀਂ ਦੁਬਾਰਾ ਸ਼੍ਰੀਨਗਰ ਪਹੁੰਚ ਗਏ ਹਾਂ ਅਤੇ ਇੱਥੋਂ ਹੁਣ ਕੁਛ ਖਾਣ ਨੂੰ ਲੈ ਕੇ ਜਾਣਾ ਹਲਕਾ ਫੁਲਕਾ ਫਿਰ ਘੰਟੇ ਤੱਕ ਰੋਟੀ ਖਾਣਾ ਆਵਾਂਗੇ ਜੇ ਭੁੱਖ ਨਹੀਂ ਹੈਗੀ ਪੂਰੀ ਹਾਂਜੀ ਲਓ ਜੀ ਪਾਰਸਲ ਆਪਣਾ ਰੈਡੀ ਹੋ ਗਿਆ ਅਜੇ ਤਾਂ ਆਪਾਂ ਕੁਛ ਲੈਣ ਸੀ ਸਨੈਕਸ ਦੇ ਵਿੱਚ ਪਰ ਹੁਣ ਰੋਟੀ ਪੈਕ ਕਰਾ ਲਈ ਕਿਉਂਕਿ 10 ਵਜੇ ਬੰਦ ਹੋ ਜਾਂਦਾ ਸਾਰਾ ਕੁਛ ਸੋ 9:30 ਤਾਂ ਹੋ ਗਿਆ ਆ ਅਤੇ ਹੁਣ ਰੋਟੀ ਖਾ ਕੇ ਅਤੇ ਕਰੀਏ ਰੈਸਟ ਰੋਜ਼ ਅਸੀਂ ਚੈੱਕ ਕਰੀਦਾ ਰਾਤ ਨੂੰ ਡਿਲੀਵਰੀ ਬੰਦ ਹੁੰਦੀ ਆ ਸੋ ਇੱਥੇ ਬਹਿ ਕੇ ਖਾ ਨਹੀਂ ਹੋਣਾ ਕਿਉਂਕਿ ਰਸ਼ ਬਹੁਤ ਆ ਅਤੇ ਕਿਰਨ ਹੋਣੀ ਗੱਡੀ ਚਾਹੀਏ ਅਤੇ ਮੈਂ ਆ ਗਿਆ ਸੀ ਡਿਲੀਵਰੀ ਕਰਾਉਣ ਚਲੋ